ਫਿਫਥ ਐਡੀਸ਼ਨ ਆ ਰਾਈਡ ਏਸ਼ੀਆ ਦਾ 19, 20 ਔਰ 21 ਅਪ੍ਰੈਲ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਹੋ ਰਿਹਾ ਵਾ। ਇਹਦੇ ਵਿੱਚ ਤਕਰੀਬਨ 5,000 ਤੋਂ ਵੱਧ ਡੀਲਰਸ ਜਿਹੜੇ ਆ ਉਹ ਆਲ ਓਵਰ ਇੰਡੀਆ ਤੋਂ ਪਹੁੰਚ ਰਹੇ ਨੇ, ਜਿਨ੍ਹਾਂ ਨੇ ਆਪਣੀ ਕਨਫਰਮੇਸ਼ਨ ਦਿੱਤੀ ਆ। ਡੀਲਰ ਉਹ ਆ ਜਿਹੜਾ ਆ ਕੇ ਇੱਕ ਸਾਲ ਦੇ ਵਿੱਚ ਬਣੇ ਨਵੇਂ ਪ੍ਰੋਡਕਟਸ ਨੂੰ ਦੇਖਦਾ ਵਾ ਅਤੇ ਉਹ ਨਵੇਂ ਪ੍ਰੋਡਕਟਸ ਨੂੰ ਜਾ ਕੇ ਡਿਫਰੈਂਟ ਡਿਫਰੈਂਟ ਮੰਡੀਆਂ ਦੇ ਵਿੱਚ ਵੇਚਦਾ ਵਾ। ਇਸ ਵਾਰ ਜਿਹੜਾ ਪ੍ਰਗਤੀ ਮੈਦਾਨ ਆ ਉਹ ਸਾਰੇ 3 ਹਾਲ ਦੇ ਵਿੱਚ ਲੱਗ ਰਹੀ ਹੈ। 3 ਹਾਲ ਦੇ ਨਵੇਂ ਬਣੇ, ਗੌਰਮੈਂਟ ਨੇ ਨਵੇਂ ਬਣਾਏ ਆ। ਪਹਿਲਾਂ ਬੜੀ ਪ੍ਰੋਬਲਮ ਹੁੰਦੀ ਸੀ ਪਾਰਕਿੰਗ, ਸਾਨੂੰ ਆਊਟ ਸਾਈਡ ਲਗਾਉਣੀ ਪੈਂਦੀ ਸੀ, ਹੁਣ ਇਨਬਿਲਿਟੀ ਪਾਰਕਿੰਗ ਆ, ਤੁਸੀਂ ਪਾਰਕਿੰਗ ਲਾਓ ਸਿੱਧਾ ਐਗਜੀਬਿਸ਼ਨ ਸੈਂਟਰ 'ਤੇ ਚਲੇ ਜਾਓ। ਸੋ ਜਿੱਦਾਂ ਪ੍ਰਧਾਨ ਜੀ ਨੇ ਸਾਡੇ ਦੱਸਿਆ ਵੀ ਜਿਹੜੀ ਇਸ ਵਾਰ ਐਗਜੀਬਿਸ਼ਨ ਲੱਗ ਰਹੀ ਹੈ ਇੰਟਰਨੈਸ਼ਨਲ ਲੈਵਲ ਦੀ ਐਗਜੀਬਿਸ਼ਨ ਲੱਗ ਰਹੀ ਹੈ ਔਰ ਇਹਦੇ ਵਿੱਚ ਤਕਰੀਬਨ 15-16 ਕੰਟਰੀ ਤੋਂ ਬੰਦੇ ਇੱਥੇ ਆ ਰਹੇ ਆ, ਹੋਲੈਂਡ ਤੋਂ ਆ ਰਹੇ ਆ, ਜਰਮਨੀ ਤੋਂ ਆ ਰਹੇ ਆ, ਯੂਰਪ ਤੋਂ ਆ ਰਹੇ ਆ। ਹਾਂਜੀ, ਅੱਜ ਰਾਈਡ ਏਸ਼ੀਆ ਦਾ ਜਿਹੜਾ 5th ਐਡੀਸ਼ਨ ਹੈ ਉਹਦੇ ਲਈ ਆਪਾਂ ਸਾਰੇ ਇਕੱਠੇ ਹੋਏ ਹਾਂ। ਸਭ ਤੋਂ ਪਹਿਲੇ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਔਰ ਇਹ ਜ਼ਰੂਰ ਦੱਸਣਾ ਚਾਹਾਂਗੇ ਪ੍ਰੈਸ ਨੂੰ ਵੀ ਇਹ ਜਿਹੜਾ ਐਤਕੀ ਐਗਜੀਬਿਸ਼ਨ ਹੈ ਇਹਦੇ 'ਚ ਖਾਸੀਅਤ ਇਹ ਹੈ ਵੀ ਇੱਕ ਤਾਂ ਇਹ ਫਸਟ ਟਾਈਮ ਹਿਸਟਰੀ ਦੇ ਵਿੱਚ 250 ਤੋਂ ਉੱਪਰ ਐਗਜੀਬਿਟਰਸ ਦਾ ਉੱਥੇ ਜਵਾੜਾ ਹੋਏਗਾ, ਸਟਾਲਸ ਹੋਣਗੇ ਔਰ 30,000 ਤੋਂ 35,000 ਤੋਂ ਉੱਪਰ ਅਸੀਂ ਐਕਸਪੈਕਟ ਕਰਦੇ ਹਾਂ ਔਰ ਇਸ ਤੋਂ ਵੱਧ ਵੀ ਹੋ ਸਕਦੇ ਨੇ ਵਿਜ਼ਟਰਸ ਔਰ ਮੋਰ ਦੈਨ 50 ਇੰਟਰਨੈਸ਼ਨਲ ਕੰਪਨੀਜ਼ ਦੇ ਬਾਇਰਸ ਨੇ ਉੱਥੇ ਆ ਰਹੇ ਔਰ ਇਸ ਤੋਂ ਇਲਾਵਾ ਹੋਸਟਿੰਗ ਲਈ ਉੱਥੇ 1,000 ਤੋਂ ਮੋਰ ਜਿਹੜੇ ਹੈਗੇ ਨੇ ਉੱਥੇ ਵਿਜ਼ਟਰਸ ਹੈਗੇ ਨੇ ਸਾਡੇ ਸਟਾਲਸ ਖੜ੍ਹੇ ਔਰ ਇਹ ਯੂਨਾਈਟਿਡ ਸਾਈਕਲ ਪਾਰਟਸ ਹਮੇਸ਼ਾ ਦੀ ਤਰ੍ਹਾਂ ਆਪਣੀ ਇਸ ਇੰਡਸਟਰੀ ਲਈ ਖੜ੍ਹ ਕੇ ਔਰ ਐਗਜੀਬਿਸ਼ਨ ਦਾ ਹਮੇਸ਼ਾ ਅਸੀਂ ਸਾਥ ਦਿੰਦੇ ਹਾਂ। ਰਾਈਡ ਏਸ਼ੀਆ ਨੂੰ ਲਾਂਚਿੰਗ ਜਦੋਂ ਹੋਈ ਸੀਗੀ ਉਦੋਂ ਵੀ ਅਸੀਂ ਯੂਨਾਈਟਿਡ ਸਾਈਕਲ ਪਾਰਟਸ ਨੇ ਜਾ ਕੇ ਪੂਰਾ ਉੱਥੇ ਪੂਰਾ ਇਹਨੂੰ ਅਸੀਂ ਸਟੈਂਡ ਦਿੱਤਾ ਔਰ ਇਹਨੂੰ ਪੂਰਾ ਸਪੋਰਟ ਕੀਤਾ। ਅੱਜ ਵੀ ਅਸੀਂ ਪੂਰੀ ਸਪੋਰਟ ਕਰਦੇ ਹਾਂ ਔਰ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਦਾ ਮੀਡੀਆ ਦੇ ਚੈਨਲ ਦੇ ਦੌਰਾਨ ਵੀ ਸਾਰੇ ਲੋਕ ਵੱਧ ਤੋਂ ਵੱਧ ਪਲੀਜ਼ ਐਗਜੀਬਿਸ਼ਨ ਨੂੰ ਆ ਕੇ ਦੇਖੋ, ਦੇਖੋ ਨਵੇਂ ਨਵੇਂ ਪ੍ਰੋਡਕਟਸ ਆਏ ਨੇ ਔਰ ਇਹ ਸ਼ੋਕੇਸ ਕੀਤੇ ਜਾ ਰਹੇ ਨੇ ਸੋ ਦੈਟ ਪਤਾ ਲੱਗੇ ਵੀ ਹਿੰਦੁਸਤਾਨ ਦੀ ਵੀ ਜਿਹੜੀ ਸਾਈਕਲ ਇੰਡਸਟਰੀ ਹੈ ਉਹ ਕਿੰਨੀ ਗਰੋ ਕਰ ਰਹੀ ਹੈ ਔਰ ਮੈਂ ਮੀਡੀਆ ਵਾਲਿਆਂ ਨੂੰ ਵੀ ਜ਼ਰੂਰ ਰਿਕੁਐਸਟ ਕਰਾਂਗਾ ਤੁਸੀਂ ਪਲੀਜ਼ ਟਾਈਮ ਕੱਢ ਕੇ ਜ਼ਰੂਰ ਆਓ 19, 20, 21 ਅਪ੍ਰੈਲ ਪ੍ਰਗਤੀ ਮੈਦਾਨ ਦੇ ਵਿੱਚ। ਇਹ ਬਹੁਤ ਵੱਡਾ ਐਗਜੀਬਿਸ਼ਨ ਆਪਣੀ ਲੱਗ ਰਹੀ ਹੈ ਸਾਈਕਲ ਅਤੇ ਈਵੀ ਦੀ, ਈਵੀ ਦੇ ਵਿੱਚ ਇਲੈਕਟ੍ਰਿਕ ਸਾਈਕਲਸ, ਇਲੈਕਟ੍ਰਿਕ ਰਿਕਸ਼ਾ ਇਹ ਵੀ ਮੌਜੂਦ ਹੋਣਗੇ ਔਰ ਹਰ ਕੰਪਨੀ ਨੇ ਆਪਣਾ ਵੱਧ ਚੜ੍ਹ ਕੇ ਬਹੁਤ ਖੂਬਸੂਰਤ ਸਟੈਂਡ ਬਣਾਏ ਨੇ। ਇੱਦਾਂ ਦੇ ਸਟੈਂਡ ਜਿਹੜੇ ਜਰਮਨੀ ਫਰਾਂਸ 'ਚ ਬਣਦੇ ਨੇ ਉੱਦਾਂ ਦੇ ਸਟੈਂਡ ਐਡ ਕੇ ਸਭ ਨੇ ਬਣਾਏ ਨੇ। ਜ਼ਰੂਰ ਆਓ ਔਰ ਆ ਕੇ ਜ਼ਰੂਰ ਦੇਖੋ ਬਈ ਆਪਣਾ ਲੁਧਿਆਣਾ ਵੀ ਜਿਹਨੂੰ ਮੈਨਚੈਸਟਰ ਆਫ ਇੰਡੀਆ ਕਹਿੰਦੇ ਹਾਂ ਫਖਰ ਨਾਲ ਅਸੀਂ ਕਹਿ ਸਕਦੇ ਵਾਕਈ ਅਸੀਂ ਤਰੱਕੀ ਕਰ ਰਹੇ ਹਾਂ। ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਢਿੱਲੋਂ ਸਾਹਿਬ ਨੂੰ ਅਤੇ ਉਹਨਾਂ ਦੀ ਟੀਮ ਨੂੰ, ਉਡਾਨ ਮੀਡੀਆ ਨੂੰ, ਬਈ ਜਿੱਦਾਂ ਦੇ ਇਹਨਾਂ ਨੇ ਉਪਰਾਲੇ ਕੀਤੇ ਨੇ ਇਹ ਇੰਡਸਟਰੀ ਲਈ ਬਹੁਤ ਬਿਹਤਰੀਨ ਔਰ ਬਹੁਤ ਵਧੀਆ ਉਪਰਾਲਾ ਹੈ ਔਰ ਅਸੀਂ ਹਮੇਸ਼ਾ ਯੂਨਾਈਟਿਡ ਸਾਈਕਲ ਪਾਰਟਸ ਹਮੇਸ਼ਾ ਇਹਨਾਂ ਨਾਲ ਖੜੇਗੀ। ਧੰਨਵਾਦ ਜੀ। ਦੋਸਤੋ, ਇਹ ਜਿਹੜੀ ਐਗਜੀਬਿਸ਼ਨ ਲੱਗ ਰਹੀ ਹੈ ਅਪ੍ਰੈਲ ਦੇ ਵਿੱਚ 19, 20, 21 ਇਹ ਪ੍ਰਗਤੀ ਮੈਦਾਨ ਦੇ ਵਿੱਚ ਲੱਗ ਰਹੀ ਹੈ। ਇਸ ਵਾਰ ਜਿਹੜਾ ਪ੍ਰਗਤੀ ਮੈਦਾਨ ਆ ਉਹ ਸਾਰੇ 3 ਹਾਲ ਦੇ ਵਿੱਚ ਲੱਗ ਰਹੀ ਹੈ। 3 ਹਾਲ ਦੇ ਨਵੇਂ ਬਣੇ, ਗੌਰਮੈਂਟ ਨੇ ਨਵੇਂ ਬਣਾਏ ਆ ਔਰ ਗੌਰਮੈਂਟ ਦੀ ਇਹਦੇ ਵਿੱਚ ਫੈਸਿਲਿਟੀ ਹੈ ਵੀ ਪਾਰਕਿੰਗ ਵੀ ਤੁਹਾਡੇ ਅੰਦਰ ਹੈਗੀ ਆ। ਪਹਿਲਾਂ ਬੜੀ ਪ੍ਰੋਬਲਮ ਹੁੰਦੀ ਸੀ ਪਾਰਕਿੰਗ, ਸਾਨੂੰ ਆਊਟ ਸਾਈਡ ਲਗਾਉਣੀ ਪੈਂਦੀ ਸੀ, ਹੁਣ ਇਨਬਿਲਿਟੀ ਪਾਰਕਿੰਗ ਆ, ਤੁਸੀਂ ਪਾਰਕਿੰਗ ਲਾਓ ਸਿੱਧਾ ਐਗਜੀਬਿਸ਼ਨ ਸੈਂਟਰ 'ਤੇ ਚਲੇ ਜਾਓ।
ਸੋ ਜਿੱਦਾਂ ਪ੍ਰਧਾਨ ਜੀ ਨੇ ਸਾਡੇ ਦੱਸਿਆ ਵੀ ਜਿਹੜੀ ਇਸ ਵਾਰ ਐਗਜੀਬਿਸ਼ਨ ਲੱਗ ਰਹੀ ਹੈ ਇੰਟਰਨੈਸ਼ਨਲ ਲੈਵਲ ਦੀ ਐਗਜੀਬਿਸ਼ਨ ਲੱਗ ਰਹੀ ਹੈ ਔਰ ਇਹਦੇ ਵਿੱਚ ਤਕਰੀਬਨ 15-16 ਕੰਟਰੀ ਤੋਂ ਬੰਦੇ ਇੱਥੇ ਆ ਰਹੇ ਆ, ਹੋਲੈਂਡ ਤੋਂ ਆ ਰਹੇ ਆ, ਜਰਮਨੀ ਤੋਂ ਆ ਰਹੇ ਆ, ਯੂਰਪ ਤੋਂ ਆ ਰਹੇ ਆ ਅਤੇ ਹੋਰ ਵੀ ਤਕਰੀਬਨ ਅਫਰੀਕਾ ਤੋਂ ਵੀ ਬਹੁਤ ਬੰਦੇ ਆ ਰਹੇ ਆ ਅਤੇ ਚਾਈਨਾ ਤੋਂ ਵੀ ਆ ਰਹੇ ਆ, ਤਾਈਵਾਨ ਤੋਂ ਵੀ ਬੜੀਆਂ ਕੰਪਨੀਆਂ ਆ ਰਹੀਆਂ। ਜਿਹੜੀ ਇਸ ਵਾਰ ਦੀ ਐਗਜੀਬਿਸ਼ਨ ਆ ਇਹਦੇ ਵਿੱਚ ਡੀਲਰਾਂ ਦੇ ਅਸੀਂ ਜ਼ਿਆਦਾ ਫੋਕਸ ਕੀਤਾ ਗਿਆ, ਜਿਹੜੇ ਸਾਡੇ ਡੀਲਰ ਹੈਗੇ ਆ ਥਰੂ ਇੰਡੀਆ ਦੇ ਵਿੱਚ। ਤਕਰੀਬਨ ਡੀਲਰਾਂ ਨੇ ਸਾਡੇ ਕੋਲ ਜੋ ਬੁਕਿੰਗ ਕਰਾ ਦਿੱਤੀ ਆ, ਜੋ ਅਸੀਂ ਉਹਨਾਂ ਦਾ ਹੋਟਲ ਬੁੱਕ ਕਰਾ ਦਿੱਤਾ, ਤਕਰੀਬਨ 1000 ਤੋਂ ਹੋਟਲ ਅਸੀਂ ਉੱਥੇ ਬੁੱਕ ਕਰਵਾ ਦਿੱਤਾ। ਤੁਸੀਂ ਸਮਝੋ ਵੀ ਅਗਰ ਜੋ ਸੀਰੀਅਸ ਡੀਲਰ ਆ ਉਹ 25-30 ਹਜ਼ਾਰ ਡੀਲਰ ਇੱਥੇ ਆ ਰਹੇ ਆ ਇਸ ਵਾਰ ਦੀ ਐਗਜੀਬਿਸ਼ਨ ਦੇ ਵਿੱਚ। ਔਰ ਇਸ ਵਾਰ ਦੀ ਜਿਹੜੀ ਆਰਟ ਐਗਜੀਬਿਸ਼ਨ ਬਣ ਰਹੀ ਹੈ ਉਹਦਾ ਜਿਹੜਾ ਡਿਜ਼ਾਇਨ ਆ ਜਾਂ ਉਹਦੇ ਵਿੱਚ ਜਿੰਨੇ ਜਿਹੜੇ ਬੰਦੇ ਸਟਾਲ ਬਣਾ ਰਹੇ ਆ ਉਹ ਬਹੁਤ ਹੀ ਬਿਹਤਰ, ਬਹੁਤ ਹੀ ਡਿਫਰੈਂਟ ਟਾਈਪ ਦੇ ਸਟਾਲ ਆ। ਔਰ ਲੁਧਿਆਣੇ ਦੇ ਵਿੱਚ ਜਿੰਨੇ ਲੋਕ ਨੇ ਨਵੇਂ ਪ੍ਰੋਡਕਟ ਬਣਾਏ ਆ, ਹੁਣ ਇਹ ਦਿਨ ਦੂਰ ਨਹੀਂ ਵੀ ਅਸੀਂ ਚਾਈਨਾ ਤੋਂ ਵੀ ਜ਼ਿਆਦਾ ਆਉਣ ਵਾਲੇ ਟਾਈਮ ਦੇ ਨਵੇਂ ਪ੍ਰੋਡਕਟ ਅਸੀਂ ਬਣਾ ਰਹੇ ਹਾਂ। ਬਹੁਤ ਬਹੁਤ ਨਵੇਂ ਪ੍ਰੋਡਕਟ ਲੁਧਿਆਣੇ ਵਿੱਚ ਬਣ ਰਹੇ ਜਿਹੜੇ ਉੱਥੇ ਡਿਸਪਲੇ ਹੋ ਰਹੇ ਆ, ਨਵੀਆਂ ਨਵੀਆਂ ਚੀਜ਼ਾਂ, ਸਾਈਕਲ ਪਾਰਟ ਦੀਆਂ, ਈਵੀ ਦੀਆਂ, ਬੈਟਰੀ ਓਪਰੇਟਰ ਸਾਈਕਲ ਲੋਡਰ, ਬਹੁਤ ਕੁਛ ਉੱਥੇ ਨਵਾਂ ਨਵਾਂ ਆ ਰਿਹਾ। ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਬਾਹਰੋਂ ਦੋਸਤ ਆ ਰਹੇ ਆ ਉਹਨੂੰ ਇੱਕੋ ਹੀ ਜਗ੍ਹਾ 'ਤੇ ਸਾਰੀ ਚੀਜ਼ ਦੇਖਣ ਦਾ ਮੌਕਾ ਮਿਲ ਜੂਗਾ। ਔਰ ਮੇਰਾ ਖਿਆਲ ਆ ਵੀ ਇਸ ਵਾਰ ਪਿਛਲੇ ਸਾਲ ਤਕਰੀਬਨ 200 ਤੋਂ ਲੈ ਕੇ 300 ਕਰੋੜ ਤੱਕ ਦੀ ਸਾਡੀ ਬੁਕਿੰਗ ਹੋਈ ਸੀ, ਇਸ ਵਾਰ ਸਾਨੂੰ ਲੱਗਦਾ ਵਾ ਵੀ 1 ਕਰੋੜ ਤੋਂ 100 ਕਰੋੜ ਤੋਂ ਉੱਪਰ ਦੀ ਬੁਕਿੰਗ ਦਾ ਸਾਨੂੰ ਉਮੀਦ ਆ ਇੰਨੀ ਜ਼ਿਆਦਾ ਉੱਥੇ, ਕਿਉਂਕਿ ਬਾਈਸਾਈਕਲ ਇੰਡਸਟਰੀ ਪਿਛਲੇ 1 ਸਾਲ ਤੋਂ ਬਹੁਤ ਸਲੋਅ ਚੱਲ ਰਹੀ ਹੈ। ਲੱਗ ਰਿਹਾ ਵੀ ਜਿਹੜਾ ਆਉਣ ਵਾਲਾ ਟਾਈਮ ਆ ਹੁਣ ਜਿਹੜਾ ਮਤਲਬ ਐਗਜੀਬਿਸ਼ਨ ਤੋਂ ਬਾਅਦ ਬਹੁਤ ਬਿਹਤਰ ਹੋਊਗਾ। ਤੁਸੀਂ ਸਾਰੇ ਦੋਸਤ ਇੱਥੇ ਆ, ਤੁਹਾਡਾ ਸਭ ਦਾ ਥੈਂਕਸ। ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਵੀ ਉਹ ਅੱਜ ਸਾਡੇ ਇਸ ਪ੍ਰੋਗਰਾਮ 'ਤੇ ਇੱਥੇ ਬੁਲਾਉਣ 'ਤੇ ਆਏ ਆ। ਰਾਈਡ ਏਸ਼ੀਆ ਜਿਹੜੀ 5th ਐਡੀਸ਼ਨ ਦਿੱਲੀ ਪ੍ਰਗਤੀ ਮੈਦਾਨ ਦੇ ਵਿੱਚ ਲੱਗ ਰਿਹਾ 19-21 ਨੂੰ, 5th ਐਡੀਸ਼ਨ, ਔਰ ਇਹ ਇੰਟਰਨੈਸ਼ਨਲ ਲੈਵਲ ਦਾ ਐਡੀਸ਼ਨ ਹੈ। ਤੁਸੀਂ ਉੱਥੇ ਉਹ ਪ੍ਰੋਡਕਟ ਦੇਖੋਗੇ ਜਿਹੜੇ ਅੱਜ ਤੱਕ ਲੁਧਿਆਣੇ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਨੇ ਇੱਥੇ ਆਪਣਾ ਡਿਸਪਲੇ ਨਹੀਂ ਕੀਤੇ। ਜਿਹੜੀਆਂ ਵੀ ਚੀਜ਼ਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਦੇ ਨਾਲ ਬਣਾਈਆਂ ਜਾ ਰਹੀਆਂ ਆ ਉਹ ਸਾਰੀਆਂ ਉੱਥੇ ਡਿਸਪਲੇ ਹੋਣਗੀਆਂ। ਔਰ ਜੋ ਸਾਈਕਲ ਹੋਣ, ਚਾਹੇ ਉਹ ਉਹਦੇ ਪਾਰਟਸ ਹੋਣ, ਚਾਹੇ ਈਵੀ ਦੇ ਪਾਰਟਸ ਹੋਣ, ਈਵੀ ਪਾ ਆਪਣਾ ਸਾਈਕਲ ਹੋਵੇ, ਲੋਡਰ ਹੋਵੇ, ਜਾਂ ਜਿਹੜੇ ਨਵੇਂ ਸਕੂਟਰ ਵੀ ਬਣਾਏ ਨੇ, ਕਿਉਂਕਿ ਜਿਹੜੀਆਂ ਸਾਈਕਲ ਵਾਲੀਆਂ ਕੰਪਨੀਆਂ ਉਹ ਇਸ ਪਾਸੇ ਨੂੰ ਵੀ ਸਾਰੇ ਆ ਗਏ, ਕਿਉਂਕਿ ਅੱਜ ਡਿਮਾਂਡ ਜਿਹੜੀ ਈਵੀ ਦੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਆ। ਉਹ ਵੀ ਉੱਥੇ ਸਾਰੇ ਡਿਸਪਲੇ ਕੀਤੇ ਜਾਣਗੇ। ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜੀਬਿਸ਼ਨ ਹੈ। ਔਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਵੇਂ ਹਾਲ ਬਣੇ ਆ, ਔਰ ਸੈਂਟਰ ਆਫ ਦਾ ਸਿਟੀ ਆ ਜਿਹੜਾ ਦਿੱਲੀ ਦੇ ਵਿੱਚ, ਉਹ ਪ੍ਰਗਤੀ ਮੈਦਾਨ ਜਿਹੜਾ ਹੈਗਾ, ਔਰ ਇੰਡੀਆ ਦੇ ਨਾਲ ਕਨੈਕਟੀਵਿਟੀ ਦਿੱਲੀ ਦੀ ਹੋਣ ਕਰਕੇ ਉੱਥੇ ਬਾਹਰ ਦੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਆਉਂਦੇ ਆ ਸਾਰੇ ਬੰਦੇ, ਉਹਨਾਂ ਵਾਸਤੇ ਵੀ ਸਹੂਲੀਅਤ ਆ। ਇਸੇ ਕਰਕੇ ਉੱਥੇ ਇਹ ਲਾਈ ਗਈ ਆ। ਔਰ ਜੋ ਵੀ ਤੁਸੀਂ ਉੱਥੇ ਦੇਖੋਗੇ ਉਹ ਤੁਹਾਨੂੰ ਵਰਲਡ ਸਟੈਂਡਰਡ ਦਾ ਹੀ ਮਿਲੇਗਾ। ਔਰ ਉਹਦੇ ਨਾਲ ਜਿਹੜੀ ਹੈ ਸਾਈਕਲ ਇੰਡਸਟਰੀ ਦੇ ਜਿਹੜਾ ਇੰਨੀ ਦੇਰ ਤੋਂ ਰਿਸੈਸ਼ਨ ਚੱਲ ਰਿਹਾ ਸੀਗਾ, ਸਾਨੂੰ ਉਮੀਦ ਆ ਵੀ ਜਿੱਦਾਂ ਇੰਨੇ ਬੰਦੇ ਆਉਣਗੇ ਬਾਹਰਲੇ ਜਾਂ ਆਪਣੇ ਕੰਟਰੀ ਦੇ ਵਿੱਚੋਂ ਵੀ ਸਾਰੇ ਜਿਹੜੇ ਡੀਲਰਸ ਆਉਣਗੇ, ਉਹਦੇ ਨਾਲ ਸਾਈਕਲ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ ਔਰ ਸਾਈਕਲ ਇੰਡਸਟਰੀ ਅੱਗੇ ਨਾਲ ਤਰੱਕੀ ਕਰੇਗੀ। ਜਿਹੜਾ 5th ਐਡੀਸ਼ਨ ਰਾਈਡ ਏਸ਼ੀਆ ਦਾ 19-20 ਔਰ 21 ਅਪ੍ਰੈਲ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਹੋ ਰਿਹਾ ਵਾ, ਇਹਦੇ ਵਿੱਚ ਤਕਰੀਬਨ 5,000 ਤੋਂ ਵੱਧ ਡੀਲਰਸ ਜਿਹੜੇ ਆ ਉਹ ਆਲ ਓਵਰ ਇੰਡੀਆ ਤੋਂ ਪਹੁੰਚ ਰਹੇ ਨੇ, ਜਿਨ੍ਹਾਂ ਨੇ ਆਪਣੀ ਕਨਫਰਮੇਸ਼ਨ ਦਿੱਤੀ ਆ। ਡੀਲਰ ਉਹ ਆ ਜਿਹੜਾ ਆ ਕੇ 1 ਸਾਲ ਦੇ ਵਿੱਚ ਬਣੇ ਨਵੇਂ ਪ੍ਰੋਡਕਟਸ ਨੂੰ ਦੇਖਦਾ ਵਾ ਅਤੇ ਉਹ ਨਵੇਂ ਪ੍ਰੋਡਕਟਸ ਨੂੰ ਜਾ ਕੇ ਡਿਫਰੈਂਟ ਮੰਡੀਆਂ ਦੇ ਵਿੱਚ ਵੇਚਦਾ ਵਾ। ਅਤੇ ਇਹ ਜਿਹੜਾ 5th ਐਡੀਸ਼ਨ ਆ ਇਹ ਜਦੋਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਬਹੁਤ
ਛੋਟਾ ਸੀ। ਅੱਜ ਇਹਦੇ ਵਿੱਚ 200 ਤੋਂ 50 ਐਗਜ਼ੀਬਿਟਰਸ ਆਪਣੇ ਪ੍ਰੋਡਕਟਸ ਐਗਜ਼ੀਬਿਟ ਕਰ ਰਹੇ ਆ। ਔਰ ਇੱਕ ਸਭ ਤੋਂ ਵੱਡੀ ਚੀਜ਼ ਇਹ, ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸਾਈਕਲ ਅਤੇ ਸਾਈਕਲ ਪਾਰਟਸ ਬਣਾਉਣ ਵਾਲਾ, ਪਰ ਸਾਡੀ ਕੋਈ ਆਪਣੀ ਇੰਟਰਨੈਸ਼ਨਲ ਐਗਜ਼ੀਬਿਸ਼ਨ ਨਹੀਂ ਸੀਗੀ। ਇਸ ਐਗਜ਼ੀਬਿਸ਼ਨ ਨੂੰ ਐਜ਼ ਏ ਇੰਟਰਨੈਸ਼ਨਲ ਐਗਜ਼ੀਬਿਸ਼ਨ ਜਿਹੜਾ ਐਗਜ਼ੀਬਿਟ ਕੀਤਾ ਜਾ ਰਿਹਾ ਵਾ, ਤਾਂ ਕਿ ਵਰਲਡ ਮਾਰਕੀਟ ਆਫਟਰ ਚਾਈਨਾ ਦੇਖ ਰਹੇ ਆ ਵੀ ਕਿਸ ਕੰਟਰੀ ਨੂੰ ਚੂਜ਼ ਕੀਤਾ ਜਾਵੇ, ਵੈਦਰ ਵੀਅਤਨਾਮ ਨੂੰ ਕੀਤਾ ਜਾਵੇ, ਤਾਈਵਾਨ ਨੂੰ ਕੀਤਾ ਜਾਵੇ। ਪਰ ਉਹਨਾਂ ਦੀ ਸਭ ਤੋਂ ਜਿਹੜੀ ਸੈਕਿੰਡ ਚੋਇਸ ਆਫਟਰ ਚਾਈਨਾ, ਚਾਈਨਾ ਨੂੰ ਉਹ ਛੱਡਣਾ ਚਾਹੁੰਦੇ ਆ, ਉਹ ਚੋਇਸ ਆ ਇੰਡੀਆ। ਅਤੇ ਇੰਡੀਆ ਅੱਜ ਨਿਊ ਪ੍ਰੋਡਕਟਸ ਬਣਾ ਰਿਹਾ ਵਾ, ਤੁਸੀਂ ਇਸ ਐਗਜ਼ੀਬਿਸ਼ਨਸ ਦੇ ਵਿੱਚ ਦੇਖੋਗੇ ਨਵੀਆਂ ਇਨੋਵੇਸ਼ਨਸ, ਨਵੇਂ ਪ੍ਰੋਡਕਟਸ। ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਲੈਕਟ੍ਰਿਕ ਵਹੀਕਲਸ, ਜਿਹੜਾ ਆਉਣ ਵਾਲਾ ਫਿਊਚਰ ਆ। ਇਕੱਲੇ ਮੈਂ ਕਾਰ ਦੀ ਗੱਲ ਨਹੀਂ ਕਰਦਾ, ਸਾਈਕਲ, ਈ ਸਕੂਟ, ਈ ਮੋਟਰਸਾਈਕਲ, ਉਹਨਾਂ ਚੀਜ਼ਾਂ ਦੀ ਗੱਲ ਕਰਦਾ ਵਾ, ਉਹਨੂੰ ਵੀ ਇਹਦੇ ਵਿੱਚ ਫੋਕਸ ਏਰੀਏ ਦੇ ਵਿੱਚ ਰੱਖਿਆ ਗਿਆ ਵਾ, ਤਾਂ ਕਿ ਜਿਹੜਾ ਇਲੈਕਟ੍ਰੀਕਲ ਵਹੀਕਲਸ ਆ, ਤੁਸੀਂ ਇਹ ਦੇਖੋ ਕਿ ਥੋੜ੍ਹੇ ਦਿਨ ਪਹਿਲਾਂ ਗਵਰਨਮੈਂਟ ਆਫ ਦਿੱਲੀ ਨੇ ਬੈਨ ਕਰਤੀਆਂ 15 ਸਾਲ ਪੁਰਾਣੀਆਂ ਗੱਡੀਆਂ, ਅਤੇ ਅੱਜ ਜਿਹੜਾ ਆਉਣ ਵਾਲਾ ਸਮਾਂ ਫਿਊਚਰ ਹੈ ਈਵੀ ਦਾ, ਅਤੇ ਈਵੀ ਉਸ ਐਗਜ਼ੀਬਿਸ਼ਨ ਦੇ ਵਿੱਚ ਆਕਰਸ਼ਿਤ ਹੋਏਗਾ, ਉਸ ਦੇ ਵਿੱਚ ਡਿਸਪਲੇ ਦੇ ਵਿੱਚ ਹੋਏਗਾ, ਤਾਂ ਕਿ ਅਸੀਂ ਮੈਕਸੀਮਾਈਜ਼ ਜਿਹੜਾ ਨਿਊ ਪ੍ਰੋਡਕਟਸ ਦੇਖ ਕੇ ਉੱਥੋਂ ਨਵੇਂ ਪ੍ਰੋਡਕਟ ਵੀ ਬਣਾ ਸਕੀਏ, ਅਤੇ ਜਿਹੜੀਆਂ ਨਵੀਆਂ ਇਨੋਵੇਸ਼ਨਸ ਹੋਈਆਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ, ਉਹਨਾਂ ਨੂੰ ਦੇਖ ਸਕੀਏ, ਤਾਂ ਕਿ ਜਿਹੜੀ ਇਹ ਬਾਈਸਾਈਕਲ ਇੰਡਸਟਰੀ ਆ ਇਹ ਗਰੋ ਕਰ ਸਕੇ। ਥੈਂਕ ਯੂ।